कोरोना करके अज सवेरे 11:30 बजे सानू फोन आया चंडीगढ़ कि मेरे दादा जी पिछले कुछ 17 दिनों तो एडमिट सी अमृतसर ते उन्हां दी अज डेथ हो गई है। असीं बहुत परेशान होके इत्थे असीं पहुंचे हैं अपने पिंड 250 किलोमीटर साडे सारे रिश्तेदार इकट्ठे होए हैं। मैं पीपी किट पाई हुई है। ਹੁਣ ਵੀ ਇਸ ਤੋਂ ਤਿੰਨ ਦਿਨ ਪਹਿਲਾਂ ਵੀ ਮੇਰੇ ਚਾਚਾ ਜੀ ਨੂੰ ਦੱਸਿਆ ਗਿਆ ਸੀਗਾ ਕਿ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ ਸੀਗੇ। ਸਾਡੀ ਫੈਮਿਲੀ ਦੇ ਕੁਝ 5 ਬੰਦੇ ਸੀ ਜਿਹੜੇ ਕੋਰੋਨਾ ਪੋਜ਼ਿਟਿਵ ਸੀ। ਇਹਨਾਂ ਨੇ 10 ਦਿਨ ਹੁਸ਼ਿਆਰਪੁਰ ਰੱਖ ਕੇ ਬਿਨਾਂ ਟੈਸਟ ਕੀਤੇ ਇਹਨਾਂ ਨੇ ਡਿਸਚਾਰਜ ਕੀਤਾ। ਮੇਰੇ ਚਾਚਾ ਜੀ ਬੱਸ ਤੇ ਬੈਠ ਕੇ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਤੋਂ ਮੁਕੇਰੀਆਂ ਪਹੁੰਚੇ ਤੇ ਸਾਡੀ ਕੋਈ ਇਹਨਾਂ ਨੇ ਸਾਰ ਨਹੀਂ ਲਈ, ਕੋਈ ਕੁਛ ਨਹੀਂ ਲਈ। ਆਹ ਮੈਂ ਤੁਹਾਨੂੰ ਦਿਖਾਉਂਦਾ, ਮੇਰੇ ਦਾਦਾ ਜੀ ਦੀ ਉਮਰ 92 ਸਾਲ ਹੈ, ਮੇਲ ਨੇ, ਦਾਦਾ ਜੀ ਨੇ ਮੇਰੇ ਤੇ ਆਹ ਫੀਮੇਲ ਦੀ ਹੈ ਤੇ ਆਹ ਆਹ ਐਂਬੂਲੈਂਸ ਆਈ ਹੈ। ਇੱਕ ਮਿੰਟ ਪਿੱਛੇ ਆ ਜਾਓ ਤੇ ਇਹਨਾਂ ਦੀ ਫੋਟੋ ਲੈ ਲਓ। ਇਹ ਇਹ ਸਾਡੇ ਏਐਸਆਈ ਨੇ ਮਕੇਰੀਆਂ ਥਾਣੇ ਤੋਂ ਆਏ ਨੇ। ਕੀ ਨਾਮ ਅੰਕਲ? ਜਸਪਾਲ ਸਿੰਘ ਆ, ਕੋਈ ਨਹੀਂ ਲਾ ਰਿਹਾ, ਜਸਪਾਲ ਸਿੰਘ। ਆਓ ਜੀ ਅੱਗੇ ਆਓ। ਇਹ ਐਂਬੂਲੈਂਸ ਦਾ ਨੰਬਰ ਭੇਜੀ ਗਈ ਸੀ ਇਹਨਾਂ ਨੇ। ਐਂਬੂਲੈਂਸ ਦਾ ਨੰਬਰ ਲੈ ਲਿਓ। ਇਹ ਐਂਬੂਲੈਂਸ ਇਹਨਾਂ ਨੇ ਅੰਮ੍ਰਿਤਸਰ ਭੇਜੀ ਸੀ ਜੀ। ਇਸ ਬੋਡੀ ਦੇ ਉੱਪਰ ਦੇਖੋ, ਇਸ ਬੋਡੀ ਦੇ ਉੱਪਰ ਉਹਨਾਂ ਨੇ ਟਾਂਡਾ ਰਾਮ ਸਾਹਿਬ ਵੀ ਲਿਖਿਆ। ਇਸ ਬੋਡੀ ਦੇ ਉੱਪਰ ਉਹਨਾਂ ਨੇ ਪ੍ਰੋਪਰ ਟਾਂਡਾ ਰਾਮ ਸਾਹਿਬ ਦਾ ਐਡਰੈਸ ਵੀ ਲਿਖਿਆ। ਏਜ 90 ਸਾਲ, ਆਹ ਏਜ ਵੀ ਦੇਖ ਲਓ, ਏਜ ਵੀ ਦਿੱਤੀ ਹੈ 90 ਸਾਲ। ਆਹ ਏਜ 90 ਸਾਲ ਦਿੱਤੀ ਹੈ ਟਾਂਡਾ। ਆਹ ਬੁੱਢੀ ਤੁਹਾਨੂੰ 90 ਸਾਲ ਦੀ ਲੱਗਦੀ ਹੈ ਤੇ ਆਹ ਦੇਖੋ ਇੱਥੇ ਥੋੜਾ ਜਿਹਾ, ਆਹ ਦੇਖੋ ਪ੍ਰੀਤਮ ਸਿੰਘ ਨਾਂ, ਆਹ ਦੇਖੋ ਆ ਰਿਹਾ ਨਾਂ, ਆਹ ਦੇਖੋ ਪੜ੍ਹ ਲਓ ਜਰਾ, ਇਹ ਥੋੜਾ ਦਿਖ ਰਿਹਾ ਪ੍ਰੀਤਮ ਸਿੰਘ, ਆਹ ਦੇਖੋ ਪ੍ਰੀਤਮ ਸਿੰਘ ਨਾਂ। ਅੰਕਲ ਤੁਸੀਂ ਮੀਡੀਆ ਦੇ, ਇਹ ਜਰਾ ਕਰ ਲੈਣਾ, ਮੇਰਾ ਬਿਆਨ ਲੈ ਲੈਣਾ। ਤੁਸੀਂ ਮੀਡੀਆ ਦੇ ਠੀਕ ਹੈ ਜੀ, ਠੀਕ ਹੈ ਜੀ। ਜਿੱਥੇ ਵੀ ਮੇਰੇ ਦਾਦਾ ਜੀ ਹੋਣ, ਉਹਨਾਂ ਦੀ ਕੋਈ ਡੈਡ ਬੋਡੀ ਹੋਵੇ, ਪਲੀਜ਼ ਸਾਡੇ ਤੱਕ ਪਹੁੰਚਾਈ ਜਾਵੇ। ਅਸੀਂ ਸਵੇਰ ਦੇ ਬਹੁਤ ਪਰੇਸ਼ਾਨ ਹਾਂ, ਸੰਸਕਾਰ ਕਰਨ ਤੋਂ ਪਹਿਲੇ, ਸੰਸਕਾਰ ਕਰਦੇ ਹੋਏ ਵੀ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ। ਨਾ ਸਾਡੇ ਕੋਲ ਕੋਈ ਪੁਲਿਸ ਮੁਲਾਜ਼ਮ ਹੈ, ਨਾ ਸਾਡੇ ਕੋਲ ਕੋਈ ਹੈਲਥ ਦਾ ਡਿਪਾਰਟਮੈਂਟ ਦਾ ਬੰਦਾ ਪਹੁੰਚਿਆ। ਈਵਨ ਕਿ ਮੇਰੇ ਚਾਚਾ ਦੇ ਚਾਚੀ ਜੀ ਨੂੰ ਇਹਨਾਂ ਨੇ 10 ਦਿਨ ਰੱਖਿਆ ਹੁਸ਼ਿਆਰਪੁਰ। ਮੇਰੇ ਚਾਚਾ ਜੀ ਨੂੰ ਅਤੇ ਦਾਦਾ ਜੀ ਨੂੰ ਮੈਨੂੰ ਰੈਫਰ ਕੀਤਾ ਗਿਆ ਅੰਮ੍ਰਿਤਸਰ। ਮੇਰੇ ਦਾਦਾ ਜੀ ਨੂੰ ਇਹਨਾਂ ਨੇ 5-6 ਦਿਨ ਪਹਿਲਾਂ ਹੀ ਡਿਕਲੇਅਰ ਕਰਤਾ ਸੀ ਡੈਡ। ਉਸ ਤੋਂ ਬਾਅਦ ਮੇਰੇ ਚਾਚਾ ਜੀ ਨੂੰ ਦੁਬਾਰਾ ਦੱਸਿਆ ਗਿਆ ਕਿ ਤੁਹਾਡੇ ਡੈਡੀ ਠੀਕ ਨੇ, ਜ਼ਿੰਦਾ ਨੇ, ਅਤੇ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ। ਮੇਰੇ ਚਾਚਾ ਜੀ ਦੇ, ਮੇਰੇ ਚਾਚੀ ਜੀ ਦੇ ਬਿਨਾਂ ਕੋਰੋਨਾ ਨੈਗੇਟਿਵ ਟੈਸਟ ਕਰਦੇ ਹੋਏ ਐਂਡ ਉਹਨਾਂ ਨੇ ਇਹਨਾਂ ਨੂੰ ਬੱਸ ਦੇ ਥਰੂ, ਸਰਕਾਰੀ ਬੱਸ ਦੇ ਥਰੂ, 52-ਸੀਟਰ ਬੱਸ ਦੇ ਥਰੂ ਇਹਨਾਂ ਨੇ ਵਾਪਸ ਪਿੰਡ ਭੇਜਤਾ। ਪਿੰਡ ਦੇ ਵਿੱਚ ਇਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ, ਕੋਈ ਹੈਲਥ ਡਿਪਾਰਟਮੈਂਟ ਵਾਲਾ ਨਹੀਂ ਆ ਰਿਹਾ, ਅਤੇ ਇੱਥੋਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਕੋਰੋਨਾ ਇੰਡੀਆ ਦੇ ਵਿੱਚ ਘਟੇਗਾ? ਇਹ ਸਰਕਾਰ ਦੀ, ਪ੍ਰਸ਼ਾਸਨ ਦੀ ਇਹ ਲਾਪਰਵਾਹੀ ਹੈ। ਆਹ ਤੁਹਾਡੇ ਸਾਹਮਣੇ ਜਿੰਦਾ ਜਾਗ, ਇਹ ਤੁਹਾਡੇ ਸਾਹਮਣੇ, ਇਹ ਕੀ ਹੈ, ਆਹ ਦੇਖੋ, ਇਹ ਤੁਹਾਡੇ ਸਾਹਮਣੇ ਇਹ ਆਂਟੀ ਹੈ। ਇਹਨਾਂ ਦੇ ਵੀ ਪਰਿਜਨ ਹੋਣਗੇ, ਪ੍ਰੋਬਲਮ ਜਾਣਗੇ, ਪਤਾ ਨਹੀਂ ਕਿੱਥੇ ਹੋਣਗੇ। ਆਹ ਦੇਖੋ, ਧੰਨਵਾਦ ਜੀ, ਸਾਨੂੰ ਇਨਸਾਫ ਦਵਾਇਆ ਜਾਵੇ, ਠੀਕ ਹੈ ਜੀ। ਆਹ ਦੇਖੋ, ਸਤਿਪਾਲ ਚਲਾਕੀ ਉਹ ਕਹਿੰਦੇ ਨਹੀਂ ਨਹੀਂ ਕਰ ਦੋ ਇੱਦਾਂ ਹੀ ਨਹੀਂ ਮੂੰਹ ਨਹੀਂ ਦੇਖਣਾ, ਕਹਿੰਦੇ ਦੇਖਣ ਨਹੀਂ ਦੇਣਾ, ਨਹੀਂ ਆਹੋ ਬਿਲਕੁਲ ਸਹੀ ਹੈ। ਫੁੱਦੂ ਬਣਾ ਰਹੇ ਸਾਲੇ, ਆਹੋ
चंडीगढ़ वाले जो गब्बे प्लाट मुकेरिया टाइम जेड़े भी तोड़े लोकल है ना उन्हें कर दो।